ਨੂੰ ਪ੍ਰਮੋਟ ਕਰਨ ਦਾ ਮਤਲਬ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਵੱਲ, ਜਿਹੜਾ ਬਦਲਾਅ ਦੀ ਗੱਲ ਕਰਦੇ ਸੀ ਉਹ ਬਦਲਾਅ ਲਿਆਉਂਦਾ ਜਾ ਰਿਹਾ। ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੇ ਬਹੁਤ ਸਾਰੀਆਂ ਐਸੇ ਇਨੀਸ਼ੀਏਟਿਵ ਲਏ ਆ ਜਿਹਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਆ ਰਿਹਾ। ਸੋ ਹੁਣ ਸਾਨੂੰ ਘੁੰਮਣ ਵਾਸਤੇ ਗੋਆ ਜਾਣ ਦੀ ਲੋੜ ਨਹੀਂ, ਗੋਆ ਨਾਲੋਂ ਵੱਧ ਸੋਹਣਾ ਮਨਮੋਹਕ ਸ਼ਾਂਤ ਜਿਹੜੀ ਹੈ ਉਹ ਸਾਡੇ ਕੋਲ ਟੂਰਿਸਟ ਡੈਸਟੀਨੇਸ਼ਨ ਆ, ਉਹਨਾਂ ਨੂੰ ਡਿਵੈਲਪ ਕਰ ਰਹੇ ਆਹ ਜਿਹੜੇ ਤਕੰਡੀ ਏਰੀਏ ਦੇ ਨਾਲ ਨਾਲ ਲੱਗਦੇ ਸਾਰੇ ਜਿੱਥੇ ਸਾਡੇ ਡੈਮ ਹੈ। ਸੋ ਇਹ ਤਾਂ ਬਹੁਤ ਹੀ ਸੋਹਣੇ ਕੁਦਰਤੀ ਜਗ੍ਹਾ। ਸੋ ਅੱਜ ਇੱਥੇ ਆਏ ਹਾਂ ਔਰ ਮੈਂ ਤਾਂ ਤੁਹਾਡਾ ਧੰਨਵਾਦੀ ਹਾਂ ਕਿ ਇਹਦੇ ਨਾਲ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਪਤਾ ਲੱਗੂ ਵੀ ਜੇ ਸੱਚੀ ਤੁਸੀਂ ਕਿਸੇ ਸੋਹਣੀ ਜਗ੍ਹਾ ਨੂੰ ਜਾਣਾ, ਕਿਸੇ ਆਪਦੀ ਥਕਾਨ ਦੂਰ ਕਰਨ ਵਾਸਤੇ, ਸ਼ਾਂਤੀ ਲੈਣ ਵਾਸਤੇ, ਅਤੇ ਆਹ ਜਿਹੜੀਆਂ ਇਹ ਜਗ੍ਹਾ ਜਿਹੜੀਆਂ ਪਠਾਨਕੋਟ ਦੀ ਜਿਹੜੀ ਇਹ ਜਗ੍ਹਾ ਸਾਡੇ ਡੈਮ ਦੇ ਨਾਲ ਜਿਹੜੀ ਝੀਲ ਬਣੀ ਹੋਈ ਹੈ ਇੱਥੇ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਸਾਡੇ ਇੰਡਸਟਰੀ ਇਨਵੈਸਟਮੈਂਟ ਮਿਨਿਸਟਰ ਔਰ ਟੂਰਿਜ਼ਮ ਮਿਨਿਸਟਰ ਮੈਡਮ ਮਾਨ, ਪਿੱਛੇ ਹਾਲ ਦੀ ਘੜੀ 'ਚ ਇਹਨਾਂ ਨੇ ਨਾ ਟੂਰਿਜ਼ਮ ਸਮਿਟ ਅਸੀਂ ਕੀਤਾ ਜਿਹੜਾ ਕਿ ਫਸਟ ਪੰਜਾਬ ਟੂਰਿਜ਼ਮ ਸਮਿਟ ਹੋਇਆ ਔਰ ਉਹਦੇ ਵਿੱਚ ਬਹੁਤ ਹੀ ਇੰਡੀਆ ਦੇ ਅਲੱਗ ਅਲੱਗ ਕੋਰਨਰਸ ਤੋਂ ਭਾਰਾ ਉਤਸ਼ਾਹ ਦਿਖਾਇਆ ਲੋਕਾਂ ਨੇ ਪੰਜਾਬ ਵਾਸਤੇ। ਪੰਜਾਬ ਵਿੱਚ ਪਹਿਲਾਂ ਰਿਲੀਜੀਅਸ ਟੂਰਿਜ਼ਮ ਤਾਂ ਹੈ ਹੀ ਹੈ, ਜਿੱਥੇ ਕੋਈ ਦਰਬਾਰ ਸਾਹਿਬ ਲੋਕ ਜਾਂਦੇ ਨੇ, ਕੋਈ ਮਾਤਾ ਵੈਸ਼ਨੋ ਦੇਵੀ ਜਾਂਦੇ ਨੇ, ਕੋਈ ਮਾਤਾ ਨੈਣਾ ਦੇਵੀ ਜਾਂਦੇ ਨੇ। ਇਹ ਰਿਲੀਜੀਅਸ ਟੂਰਿਜ਼ਮ ਤੋਂ ਬਾਅਦ ਈਕੋ ਟੂਰਿਜ਼ਮ ਜਿਹੜਾ ਅੱਜ ਕੱਲ੍ਹ ਲੋੜ ਹੈ ਆਪਾਂ ਨੂੰ, ਸਾਡੇ ਨਾਲ ਕੰਜ਼ਰਵੇਟਰ ਫੋਰੈਸਟ ਵੀ ਨੇ, ਡੀ ਸਾਹਿਬ ਨੇ ਇੱਥੇ। ਸੋ ਅੱਜ ਅਸੀਂ ਇੱਥੇ ਧਾਰਕਲਾਂ ਸਾਈਡ 'ਤੇ ਮਿੰਨੀ ਗੋਆ ਜਿਹਨੂੰ ਕਹਿੰਦੇ ਹਾਂ, ਇਹ ਮਿੰਨੀ ਗੋਆ ਐਕਚੁਅਲ ਬਣੇਗਾ, ਪੰਜਾਬ ਸਰਕਾਰ ਦਾ ਸੁਪਨਾ ਹੈ ਔਰ ਇਹਦੇ ਤਹਿਤ ਹੀ ਬਤੌਰੀ ਮੈਂ CEO ਇਨਵੈਸਟ ਪੰਜਾਬ, ਸਾਡੇ ਕੋਲ ਤਕਰੀਬਨ 5-6 ਇਨਵੈਸਟਰਸ ਨੇ ਜਿਹੜੇ ਅੱਜ ਨਾਲ ਲੈ ਕੇ ਆਏ ਹੈ ਔਰ ਉਹਨਾਂ ਨੇ ਬੜਾ ਇੱਕ ਭਰਵਾਂ ਹੁੰਗਾਰਾ ਦਿਖਾਇਆ ਔਰ ਇਹਨਾਂ ਦੀਆਂ ਸਾਡੇ ਕੋਲ 4 ਮੇਜਰ ਸਾਈਟਸ ਨੇ, 305 acres ਦੇ ਕਰੀਬ ਇੱਥੇ ਸਾਈਟਸ ਨੇ ਜਿਹਦੇ ਵਿੱਚ ਆਪਣਾ ਇੱਕ ਤੌਰ 'ਤੇ ਮੈਂ ਤਾਂ ਆਪ ਦੇਖ ਕੇ ਹੈਰਾਨ ਹੋ ਗਿਆ ਕਿ ਪੰਜਾਬ ਇਸ ਥਾਂ 'ਤੇ ਕਿੰਨਾ ਸੋਹਣਾ ਔਰ ਅਸੀਂ ਬੜੇ ਬੜੇ ਰਾਜਾਂ ਨੂੰ ਮਾਤ ਦਿੰਦੇ ਹਾਂ ਖੂਬਸੂਰਤੀ ਵਿੱਚ। ਤੁਸੀਂ ਦੇਖੋ ਕਿ ਇਹ ਗੋਆ ਤੋਂ ਘੱਟ ਨਹੀਂ ਹੈ, ਪਿੱਛੇ ਤੁਸੀਂ ਦੇਖ ਰਹੇ ਹੋ ਕਿ ਲੇਕਸ ਨੇ, ਕੁਲਾਰਾ ਆਈਲੈਂਡ ਹੈ ਸਾਡਾ, ਸਾਡਾ ਪਲੰਗੀ ਹੈ ਔਰ ਡੈਮ ਸਾਈਟਸ ਨੇ ਔਰ ਇਹਦੇ ਵਿੱਚ ਇੱਕ ਦਿਖਾਉਣ ਦੀ ਗੱਲ ਹੁੰਦੀ ਹੈ ਜੇ ਅਸੀਂ ਚੰਡੀਗੜ੍ਹ ਬੈਠ ਕੇ ਦਿਖਾਉਂਦੇ ਕਿ ਜੀ ਆਹ ਸਾਡਾ ਵੀਡੀਓ ਬਣਿਆ ਹੋਇਆ ਅਤੇ ਲੋਕਾਂ ਨੂੰ ਵਿਸ਼ਵਾਸ ਘੱਟ ਹੁੰਦਾ ਅਤੇ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਕੀ, ਅਤੇ ਅੱਜ ਤਾਂ ਹੀ ਮੇਨ ਮੁੱਦਾ ਇਹ ਸੀਗਾ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਅੱਜ ਅਸੀਂ ਇਨਵੈਸਟਰ ਸਾਡੇ ਇੱਥੇ ਆਏ ਨੇ। ਕਈਆਂ ਨੂੰ ਲੋਕਾਂ ਨੂੰ ਹੁੰਦਾ ਕਿ ਫੋਰੈਸਟ ਪਤਾ ਨਹੀਂ ਕਲੀਅਰੈਂਸ ਮਿਲਣੀ ਹੈ ਨਹੀਂ ਮਿਲਣੀ, ਉਹ ਤਾਂ ਹੀ ਕੰਜ਼ਰਵੇਟਰ ਫੋਰੈਸਟ ਤਿਵਾੜੀ ਸਾਹਿਬ ਨਾਲ ਨੇ ਅੱਜ ਇਨਵੈਸਟਰਸ ਨੂੰ ਦੱਸਦਾ ਕਿ ਆਹ ਸੈਕਸ਼ਨ ਦੀ ਕਲੀਅਰੈਂਸ ਮਿਲ ਚੁੱਕੀ ਹੈ, ਇਹਦੀ ਰਹਿੰਦੀ ਹੈ, ਜਿੱਥੇ ਮਿਲ ਚੁੱਕੀ ਹੈ ਉਹ ਉਹਨਾਂ ਨੂੰ ਇੱਕ ਇੱਕ ਚੀਜ਼ FAR ਕਿੰਨੀ ਹੈ, ਕਿੰਨਾ ਕੰਸਟਰਕਟਡ ਏਰੀਆ ਅਲਾਊਡ ਹੈ, ਜਿਹੜੇ ਉਹਨਾਂ ਦੇ ਡਾਊਟਸ ਨੇ ਮੌਕੇ 'ਤੇ ਆ ਕੇ ਕਲੀਅਰ ਕੀਤੇ ਨੇ। ਹੁਣ ਅਸੀਂ ਸਾਰੇ ਸਪੋਟਸ ਹੁਣ ਜਾ ਰਹੇ ਹਾਂ ਅਤੇ ਸਾਡੀ ਡਿਊਟੀ ਬਤੌਰੇ ਇਨਵੈਸਟ ਪੰਜਾਬ ਹੈ ਇੰਡਸਟਰੀ ਦੀ ਸੇਵਾ ਕਰਨੀ, ਭਾਵੇਂ ਇੰਡਸਟਰੀ ਲੋਕਲ ਇੰਡਸਟਰੀ ਹੋਵੇ, ਭਾਵੇਂ ਨੈਸ਼ਨਲ ਇੰਡਸਟਰੀ ਹੋਵੇ ਜਾਂ ਟੂਰਿਜ਼ਮ ਇੰਡਸਟਰੀ ਹੋਵੇ। ਤੋ ਟੂਰਿਜ਼ਮ ਇੰਡਸਟਰੀ ਦੇ ਇੰਡਸਟਰੀਲਿਸਟ ਆਏ ਨੇ ਇੱਥੇ, ਉਹ ਦੇਖ ਰਹੇ ਨੇ ਉਹਨਾਂ ਦੇ ਡਾਊਟਸ ਨੇ, ਕਿਉਂਕਿ ਜਿਸ ਬੰਦੇ ਨੇ ਪੈਸਾ ਲਾਉਣਾ ਉਹਦੇ ਡਾਊਟਸ ਕਲੀਅਰ ਕਰਨੀ ਡਿਊਟੀ ਇਨਵੈਸਟ ਪੰਜਾਬ ਦੀ ਹੈ, ਪੰਜਾਬ ਸਰਕਾਰ ਦੀ।